ਹਰੀ ਸੋਧੀ ਵੀ ਉਹ ਬਹੁਤ ਤਰੀਕੇ ਨਾਲ ਮੁਕਾਬਲੇ ਦਿਖਾਇਆ ਤੇ ਹੁਣ ਦਾਂਗ ਘਮਾਉਂਦਾ ਹੋਇਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਹੁਣ ਦੇਖੀਏ ਵੀ ਅਗਲੇ ਵੀ ਚਾਰ ਦਰ ਤਿਆਰ ਹੋਣ ਹਾਂ ਵੀ ਗੋਲਾ ਘਮਾਉਣਾ ਹੈ ਬਾਬਾ ਸੋਹਣ ਸਿੰਘ ਜੀ ਸੋਹਣ ਸਿੰਘ ਜੀ ਮਾਜਨ ਦੇ ਹੋਰ ਫਸੇ ਰਹੇ ਹੈ ਫਤੀਨਾ ਨਾਜ ਜਾਣ ਬੜਾ ਤਕੜਾ ਸਈਆ ਖਾਸਾ ਵੀ ਤੇ ਹੋ ਜਾਂਦੇ ਹਾਂ ਜੀ ਦੇ ਪਾਗ ਨਾਲ ਲੱਗਦੇ ਹੁਣ ਲਾਜਾ ਹੀ ਲੱਗਦਾ ਹਾਂਜੀ ਬਹੁਤ ਵਧੀਆ ਪਾਗ ਤੇ ਠੱਗੇ ਨਹੀਂ ਵਾਲੇ ਮੁੱਕਦੇ ਭਰਾਵਾ ਹਾਂਜੀ ਮਨੂਰ ਸਿੰਘ ਸੋਹਣਾ ਬੱਚਿਆਂ ਨਾਲ ਸਵਾਗਤ ਮਨੂਰ ਸਿੰਘ ਚੈਂਪੀਅਨ ਖਾਸਾ ਦੀ ਮਾਤ ਕਰਦਾ ਮੈਂ ਮੁੱਠੀਆਂ ਕਢਾਉਂਦਾ ਮਨੂਰ ਤੇ ਜਿਹੜਾ ਪਿਛਲੇ ਸਾਲ ਇੰਟਰਨੈਸ਼ਨਲ ਯੁੱਧ ਕਰਦਾ ਟੂਰਨਾਮੈਂਟ ਦੇਖ ਗਿਲੰਬੀਆਂ ਤੋਂ ਖੋਇਆ ਸੀਗਾ ਤੇ ਮਨੂਰ ਸਿੰਘ ਨੇ ਆਪਣੇ ਮਰਥੀਆਂ ਨੂੰ ਜਾਰ ਦਿਖਾ ਕੇ ਪਹਿਲਾ ਸਾਲ ਪ੍ਰਾਪਤ ਕੀਤਾ ਪਰ ਲੱਗਦਾ ਹੁਣ ਮਿਹਨਤ ਘੱਟੀ ਲੱਗਦੀ ਆ ਉਹ ਦੂਜੀ ਵਾਰ ਮਰਥੀਆਂ ਦੇ ਵੀ ਆ ਗਿਆ ਹਾਂਜੀ ਹੁਣ ਖਾਸਾ ਦੀ ਵਿਸ਼ੇਸ਼ ਤੌਰ ਤੇ ਆਪਣੇ ਜੱਟਕੇ ਨੂੰ ਜਾਰ ਦਿਖਾਉਣ ਦੇ ਬਾਬਾ ਕਰਮ ਸਿੰਘ ਜੀ ਇਹਨਾਂ ਦੀ ਅੱਖਾਂ ਤੇ ਹੁਣ ਪੱਤੀ ਬੰਨੀ ਜਾਣੀ ਆ ਤੇ ਹੁਣ ਜਸਵੇਰ ਸਿੰਘ ਜੀ ਕਸਰਦਾਰ ਅੱਖਾਂ ਪਰ ਪੱਤੀ ਬੰਨਣਗੇ ਕਰਮ ਸਿੰਘ ਹੋਣਾਂਗੇ ਐਸਪੀ ਤੇ ਇਹਨਾਂ ਨੇ ਆਪਣੇ ਜੱਟਕੇ ਕਲਾ ਨੂੰ ਤੁਹਾਡੇ ਸਾਹਮਣੇ ਦਿਖਾ ਦਿਆ ਹੋਇਆ ਇਹ ਸਾਰੇ ਪਿੰਡੇ ਬੱਗਣੇ ਆ ਤੇ ਹਾਂਜੀ ਦਰਜੋਤ ਸਿੰਘ ਬਾਬਾ ਲੰਮਾ ਤੇ ਇੱਥੇ ਖਾਲਸਾ ਜੀ ਅਭਿਆਸ ਦਾ ਪਤਾ ਲੱਗਦਾ ਤੇ ਆਪਣੇ ਜਿਹੜੇ ਕਦਮ ਮਿਲੇ ਹੁੰਦੇ ਆ ਬਾਬਕੇ ਵਿੱਚ ਜਿਹੜੀ ਟ੍ਰੇਨਿੰਗ ਹੁੰਦੀ ਆ ਉਹ ਜਿਹੜੇ ਆਪਣੇ ਜ਼ੋਰ ਸਿਖਾਏ ਹੁੰਦੇ ਆ ਉਹਨਾਂ ਸਾਰਿਆਂ ਦਾ ਹੁਣ ਆਪਾਂ ਵੇਰਵਾ ਇੱਥੇ ਦੇਖਣਾ ਸੋ ਕਰਮ ਸਿੰਘ ਜੀ ਪਿਆਰ ਪਰ ਪਿਆਰ ਨੇ ਇੱਧਰ ਨੌਜਵਾਨ ਵੀ ਕੇਲੇ ਲਾ ਕੇ ਖੜੇ ਆ ਜਾਣ ਦੀ ਬਾਜੀ ਔਖਾ ਕੰਮ ਹੁੰਦਾ ਤੇ ਮੈਂ ਬੇਨਤੀ ਕਰਦਾ ਸੱਜਣਾ ਨੂੰ ਵੀ ਆਪਣੀ ਮਰੱਖੀਆਂ ਲਾ ਕੇ ਆ ਜਿਓ ਨਿਆਣਿਆਂ ਦੀ ਕਿਤੇ ਬਾਹਰ ਖਾਲੀ ਆ ਤੰਦੂ ਵਿੱਚ ਕਿਰਪਾਨ ਦਾ ਜਿੰਨਾ ਕਿਤੇ ਇਹਨਾਂ ਦੇ ਸੱਤ ਛੱਕੇ ਸੋ ਇਹਨਾਂ ਦੀ ਬੇਨਤੀ ਆ ਵੀ ਸਾਰੇ ਜਵਾਨ ਸੇਫਟੀ ਦੇ ਲਈ ਆਪਣੇ ਆਪਣੇ ਸੱਤ ਲਾ ਦੇ ਭਾਜੀ ਵਾਲੀ ਦਵਾਈ ਪਿਆਰ ਲੱਗ ਰਿਹਾ ਸੀ ਦੋਈ ਨੇ ਇਹਦਾ ਧਿਆਨ ਰੱਖੋ ਜੀ ਬਹੁਤ ਵਧੀਆ ਮੁਕਾਬਲੇ ਧੰਨਵਾਦ ਸਾਰੀਆਂ ਸੱਚਣ ਹਾਂਜੀ ਹਾਂਜੀ ਬੇਨਤੀ ਕੀਤੀ ਤਾਂ ਵੀ ਖਾਣਾ ਖੁੱਲਾ ਕਰ ਦਿਓ ਖਾਲਸਾ ਜੀ ਇੱਥੇ ਜਟਕਈ ਨੂੰ ਕੋਈ ਦਿਖਣਾ ਤੁਸੀਂ ਤਾਂ ਕਰਕੇ ਸਾਰੇ ਹੁਣ ਤੁਹਾਡੇ ਸਾਹਮਣੇ ਖੜੇ ਆ ਸ਼ਾਸਤਰ ਲੈ ਕੇ ਤੂੰ ਜੇ ਕਿਤੇ ਹੱਥ ਸ਼ਾਸਤਰ ਲੈ ਕੇ ਜਾਂਦਾ ਜਾ ਕੋਈ ਜਾਂ ਕਿਸੇ ਮਰੀ ਜਾਂਦਾ ਤਾਂ ਫਿਰ ਜਾਂਦਾ ਕਿਸੇ ਬੱਚਿਆਂ ਦੇ ਕਿਸੇ ਸਾਡੇ ਸੰਗਤ ਆਏ ਸਤਵੰਦੀਆਂ ਦੇ ਕਿਸੇ ਦੇ ਵੀ ਸੱਤ ਵੱਜੇ ਤੂੰ ਬੇਨਤੀ ਆ ਖਾਣਾ ਖੁੱਲਾ ਕਰ ਦਿਓ ਘੱਟੋ ਘੱਟ ਪੰਜ ਕਦਮ ਦੂਰ ਕਿੱਥੇ ਚੱਲ ਜਾਓ ਬੇਨਤੀ ਕਰ ਲਓ ਆਪਣੇ ਬੱਚਿਆਂ ਵਾਲੇ ਵੀ ਥੋੜਾ ਜਿਹਾ ਕਿੱਥੇ ਹੋ ਜਾ ਫੋਟੋ ਲਗਾਉਂਦੇ ਕੋਈ ਚਾਰ ਜਾਦੇ ਹੁੰਦੇ ਆ ਤੂੰ ਬੇਨਤੀ ਆ ਸਾਰੇ ਬੱਚੇ ਕਿੱਥੇ ਘੱਟੋ ਘੱਟ ਪੰਜ ਪੰਜ ਕਦਮ ਹੋ ਜਾ ਹਾਂਜੀ ਕੌਣ ਕੌਣ ਸੱਤ ਬੇਨਤੀ ਆ ਖਾਲਸਾ ਜੀ ਬਹੁਤ ਬਹੁਤ ਪਿਆਰਾ ਪੂਰਾ ਪੂਰਾ ਕਰਦੇ ਹੋ ਉਸਤਾਦ ਕਰਮ ਸਿੰਘ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਸੱਥੇ ਦਾ ਮਹਾਨ ਕੀਰਤਨੀ ਹੈ ਬਾਬਾ ਹਰਮਨ ਸਿੰਘ ਜੀ ਰੋਕੇ ਆਏ ਜਿਹੜੇ ਕਿ ਬਾਬਾ ਹਰਜਿੰਦਰ ਸਿੰਘ ਜੀ ਸ੍ਰੀ ਨਗਰ ਵਾਲਿਆਂ ਨਾਲ ਜੀ ਸਾਥ ਦਿੰਦੇ ਆ ਤੇ ਨਾਲ ਨਾਲ ਰਾਜੀ ਤਜੀਤ ਸਿੰਘ ਜੀ ਤੇ ਉਹਨਾਂ ਦੇ ਨਾਲ ਨਾਲ ਪੰਜ ਦੇ ਮਹਾਨ ਕੀਰਤਨੀਏ ਬਾਬਾ ਨਰਿੰਦਰ ਸਿੰਘ ਜੀ ਜਵੰਦੀ ਤੇਰਾ ਨਾਲ ਜੀ ਵੀ ਇਹ ਸੇਵਾ ਕਰਦੇ ਆ ਤੋ ਬਹੁਤ ਹੀ ਮਾਣ ਹੈ ਇਹਨਾਂ ਨੌਜਵਾਨਾਂ ਨੂੰ ਤੇ ਮਾਣੇ ਜੁਲੇ ਕਿਰਪਾ ਕਿ ਤੇ ਉਹਨਾਂ ਨੇ ਕੀਤਾ ਸਿੱਖਿਆ ਨਹੀਂ ਉਪਰ ਜੋਨ ਲੈ ਕੇ ਆਇਆ ਤੋ ਹੀ ਤੇ ਹਾਂਜੀ ਚੌਂ ਸਿੰਘ ਜੀ ਵਾਰੀ ਵਾਰ ਪੱਤੀ ਅਸਾਰ ਤੇ ਇਹ 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 ਸਾਰੇ ਬਸਦੇ ਆ ਤੇ ਹੋਈ ਨਾ ਕੋਈ ਅੱਜ ਹੀ ਬਣ ਜਾਊਗਾ ਹਾਂਜੀ ਮੇਰੇ ਤੇ ਖਾਸ ਆ ਜੀ ਇਹ 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 ਹਾਂ ਤੁਹਰੀ ਆ ਜਹਾਲ ਬਾਬੂ ਸਾਹਿਬ ਕਿੱਥਾ ਕਰ ਜਾਣਾ ਦਾ ਹਾਂਜੀ ਆਪਾਂ ਇਹ ਠੰਡਾ ਰਹਿ ਗਿਆ ਹੁਣ ਹਾਂਜੀ ਬਹੁਤ ਵਧੀਆ ਤੇ ਹਲੇ ਵੀ ਦੋਹਾਂ ਦੇ ਅੱਗੇ ਨਾ ਭੰਨਿਆ ਗਿਆ ਆ ਹੁਣ ਤੀਜੇ ਦੀ ਵਾਰੀ ਇਹ ਦਾ ਮੋਖਾ ਇਹ ਖਾਸੇ ਦੀ ਬਹੁਤ ਜਿੱਤ ਕੇ ਇਹ ਆਪਣੇ ਆਪ ਨੇ ਪਿਆਈ ਕਰੇ ਜੋ ਹੁਣ ਤੇਰਾ ਪਾਣਾ ਠੀਕ ਆ
ਸੀਮਾ ਤੇ ਇੱਕ ਸਟਾਰਟ